इस दे विच जिहड़ी लड़की वल्लों ये एक्ट किया गया सीगा उसकी आइडेंटिटी जिहड़ी आ हो गई है उसकी जिहड़ी है लड़की है लोकल इत्थों दी रहिण वाली आ जिस दे विच जिहड़ी पुलिस पार्टी वल्लों अग्गे तफ्तीश जिहड़ी अमल च लिआंदी जा रही है किहड़े हालातां दे विच किहड़े कारणां करके उसने एक्ट लिया वा उसके मुताबिक जो बनती कार्रवाई है साडे वल्लों कीती जाऊगी। ये जिहड़ी आ संजोगता आ ये लोकल इत्थों सुनियारां वाली गली जिहड़ी आ इत्थों दी रहिण वाली आ ये पिछों छियाटे तों रणजीतपुरे इस दे पेके ने ते इत्थे ये विशाल कपूर नाम ਦੇ ਬੰਦੇ ਨਾਲ ਜਿਹੜੀ ਆ ਉਸਦੀ ਮੈਰਿਜ ਹੋਈ ਸੀਗੀ। ਸ਼ਾਹਪੁਰ ਵਿੱਚ ਵੜਿਆ ਵੀ ਗਿਆ ਇਸ ਦੇ ਵਿੱਚ ਅਜੇ ਪ੍ਰੀਲਿਮਨਰੀ ਅਜੇ ਇਹਦੀ ਆਇਡੈਂਟੀਫਿਕੇਸ਼ਨ ਹੋਈ ਆ ਸਾਡੀ ਪਾਰਟੀ ਵੱਲੋਂ ਜਿਹੜੀ ਹਰ ਪੱਖ ਦੇ ਉੱਤੇ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਆ ਜੋ ਉਸ ਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਕਿਉਂ ਕੀਤਾ ਜਾ ਰਿਹਾ ਇਹ ਅਜੇ ਪ੍ਰੀਲਿਮਨਰੀ ਆ ਜੇ ਆਇਡੈਂਟੀਫਿਕੇਸ਼ਨ ਉਹਦੀ ਹੋ ਗਈ ਆ ਜਿਸ ਤਰ੍ਹਾਂ ਸਵੇਰੇ ਹੀ ਇਨਸੀਡੈਂਟ ਹੋਇਆ ਸੀਗਾ ਪੁਲਿਸ ਪਾਰਟੀ ਵੱਲੋਂ ਇਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਇਹਦੇ ਵਿੱਚ ਸਾਰੇ ਪੇਕੇ ਤੇ ਸਾਰੇ ਪਰਿਵਾਰ ਨੂੰ ਸ਼ਾਮਲ ਕਰਕੇ ਜਿਹੜੀ ਸਾਰੀ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਕਰਨ ਤੋਂ ਬਾਅਦ ਜੋ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਸਾਡੇ ਨਾਲ ਅਮਲ ਲਿਆ ਦੀ ਜਾਵੇਗੀ। ਇਸ ਦੇ ਵਿੱਚ ਜਿਹੜੀ ਲੜਕੀ ਵੱਲੋਂ ਇਹ ਐਕਟ ਕੀਤਾ ਗਿਆ ਸੀਗਾ ਉਸਦੀ ਆਇਡੈਂਟੀ ਜਿਹੜੀ ਆ ਹੋ ਗਈ ਹੈ ਉਸਦੀ ਜਿਹੜੀ ਹੈ ਲੜਕੀ ਹੈ ਲੋਕਲ ਇੱਥੋਂ ਦੀ ਰਹਿਣ ਵਾਲੀ ਆ ਜਿਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਵੱਲੋਂ ਅੱਗੇ ਤਫਤੀਸ਼ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਆ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੇ ਕਾਰਨਾਂ ਕਰਕੇ ਉਸਨੇ ਐਕਟ ਲਿਆ ਵਾ ਉਸਦੇ ਮੁਤਾਬਕ ਜੋ ਬਣਦੀ ਕਾਰਵਾਈ ਹੈ ਸਾਡੇ ਵੱਲੋਂ ਕੀਤੀ ਜਾਵੇਗੀ। ਕੀ ਨਾਮ ਨੂੰ ਕੀ ਹੈ ਕਿੱਥੋਂ ਦੀ ਰਹਿਣ ਵਾਲੀ ਇਹ ਜਿਹੜੀ ਆ ਸੰਜੋਗਤਾ ਆ ਇਹ ਲੋਕਲ ਇੱਥੋਂ ਸੁਨਿਆਰਿਆਂ ਵਾਲੀ ਗਲੀ ਜਿਹੜੀ ਆ ਇੱਥੋਂ ਦੀ ਰਹਿਣ ਵਾਲੀ ਆ ਇਹ ਪਿੱਛੋਂ ਛਿਆਟੇ ਤੋਂ ਰਣਜੀਤਪੁਰੇ ਇਸ ਦੇ ਪੇਕੇ ਨੇ ਤੇ ਇੱਥੇ ਇਹ ਵਿਸ਼ਾਲ ਕਪੂਰ ਨਾਮ ਦੇ ਬੰਦੇ ਨਾਲ ਜਿਹੜੀ ਆ ਉਸਦੀ ਮੈਰਿਜ ਹੋਈ ਸੀਗੀ। ਸ਼ਾਹਪੁਰ ਵਿੱਚ ਵੜਿਆ ਵੀ ਗਿਆ ਇਸ ਦੇ ਵਿੱਚ ਅਜੇ ਪ੍ਰੀਲਿਮਨਰੀ ਅਜੇ ਇਹਦੀ ਆਇਡੈਂਟੀਫਿਕੇਸ਼ਨ ਹੋਈ ਆ ਸਾਡੀ ਪਾਰਟੀ ਵੱਲੋਂ ਜਿਹੜੀ ਆ ਹਰ ਪੱਖ ਦੇ ਉੱਤੇ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਆ ਜੋ ਉਸ ਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਉਹ ਸਾਡੇ ਵੱਲੋਂ ਕੀਤੀ ਜਾਵੇਗੀ। ਕਿਉਂ ਕੀਤਾ ਜਾ ਰਿਹਾ ਇਹ ਅਜੇ ਪ੍ਰੀਲਿਮਨਰੀ ਆ ਜੇ ਆਇਡੈਂਟੀਫਿਕੇਸ਼ਨ ਉਹਦੀ ਹੋ ਗਈ ਆ ਜਿਸ ਤਰ੍ਹਾਂ ਸਵੇਰੇ ਹੀ ਇਨਸੀਡੈਂਟ ਹੋਇਆ ਸੀਗਾ ਪੁਲਿਸ ਪਾਰਟੀ ਵੱਲੋਂ ਇਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਇਹਦੇ ਵਿੱਚ ਸਾਰੇ ਪੇਕੇ ਤੇ ਸਾਰੇ ਪਰਿਵਾਰ ਨੂੰ ਸ਼ਾਮਲ ਕਰਕੇ ਜਿਹੜੀ ਸਾਰੀ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਕਰਨ ਤੋਂ ਬਾਅਦ ਜੋ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਸਾਡੇ ਨਾਲ ਅਮਲ ਲਿਆ ਦੀ ਜਾਵੇਗੀ। ਇਸ ਦੇ ਵਿੱਚ ਜਿਹੜੀ ਲੜਕੀ ਵੱਲੋਂ ਇਹ ਐਕਟ ਕੀਤਾ ਗਿਆ ਸੀਗਾ ਉਸਦੀ ਆਇਡੈਂਟੀ ਜਿਹੜੀ ਆ ਹੋ ਗਈ ਹੈ ਉਸਦੀ ਜਿਹੜੀ ਹੈ ਲੜਕੀ ਹੈ ਲੋਕਲ ਇੱਥੋਂ ਦੀ ਰਹਿਣ ਵਾਲੀ ਆ ਜਿਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਵੱਲੋਂ ਅੱਗੇ ਤਫਤੀਸ਼ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਆ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੇ ਕਾਰਨਾਂ ਕਰਕੇ ਉਸਨੇ ਐਕਟ ਲਿਆ ਵਾ ਉਸਦੇ ਮੁਤਾਬਕ ਜੋ ਬਣਦੀ ਕਾਰਵਾਈ ਹੈ ਸਾਡੇ ਵੱਲੋਂ ਕੀਤੀ ਜਾਵੇਗੀ। ਕੀ ਨਾਮ ਨੂੰ ਕੀ ਹੈ ਕਿੱਥੋਂ ਦੀ ਰਹਿਣ ਵਾਲੀ ਇਹ ਜਿਹੜੀ ਆ ਸੰਜੋਗਤਾ ਆ ਇਹ ਲੋਕਲ ਇੱਥੋਂ ਸੁਨਿਆਰਿਆਂ ਵਾਲੀ ਗਲੀ ਜਿਹੜੀ ਆ ਇੱਥੋਂ ਦੀ ਰਹਿਣ ਵਾਲੀ ਆ ਇਹ ਪਿੱਛੋਂ ਛਿਆਟੇ ਤੋਂ ਰਣਜੀਤਪੁਰੇ ਇਸ ਦੇ ਪੇਕੇ ਨੇ ਤੇ ਇੱਥੇ ਇਹ ਵਿਸ਼ਾਲ ਕਪੂਰ ਨਾਮ ਦੇ ਬੰਦੇ ਨਾਲ ਜਿਹੜੀ ਆ ਉਸਦੀ ਮੈਰਿਜ ਹੋਈ ਸੀਗੀ। ਸ਼ਾਹਪੁਰ ਵਿੱਚ ਵੜਿਆ ਵੀ ਗਿਆ ਇਸ ਦੇ ਵਿੱਚ ਅਜੇ ਪ੍ਰੀਲਿਮਨਰੀ ਅਜੇ ਇਹਦੀ ਆਇਡੈਂਟੀਫਿਕੇਸ਼ਨ ਹੋਈ ਆ ਸਾਡੀ ਪਾਰਟੀ ਵੱਲੋਂ ਜਿਹੜੀ ਆ ਹਰ ਪੱਖ ਦੇ ਉੱਤੇ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਆ ਜੋ ਉਸ ਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਉਹ ਸਾਡੇ ਵੱਲੋਂ ਕੀਤੀ ਜਾਵੇਗੀ। ਕਿਉਂ ਕੀਤਾ ਜਾ ਰਿਹਾ ਇਹ ਅਜੇ ਪ੍ਰੀਲਿਮਨਰੀ ਆ ਜੇ ਆਇਡੈਂਟੀਫਿਕੇਸ਼ਨ ਉਹਦੀ ਹੋ ਗਈ ਆ ਜਿਸ ਤਰ੍ਹਾਂ ਸਵੇਰੇ ਹੀ ਇਨਸੀਡੈਂਟ ਹੋਇਆ ਸੀਗਾ ਪੁਲਿਸ ਪਾਰਟੀ ਵੱਲੋਂ ਇਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਇਹਦੇ ਵਿੱਚ ਸਾਰੇ ਪੇਕੇ ਤੇ ਸਾਰੇ ਪਰਿਵਾਰ ਨੂੰ ਸ਼ਾਮਲ ਕਰਕੇ ਜਿਹੜੀ ਸਾਰੀ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਕਰਨ ਤੋਂ ਬਾਅਦ ਜੋ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਸਾਡੇ ਨਾਲ ਅਮਲ ਲਿਆ ਦੀ ਜਾਵੇਗੀ। ਇਸ ਦੇ ਵਿੱਚ ਜਿਹੜੀ ਲੜਕੀ ਵੱਲੋਂ ਇਹ ਐਕਟ ਕੀਤਾ ਗਿਆ ਸੀਗਾ ਉਸਦੀ ਆਇਡੈਂਟੀ ਜਿਹੜੀ ਆ ਹੋ ਗਈ ਹੈ ਉਸਦੀ ਜਿਹੜੀ ਹੈ ਲੜਕੀ ਹੈ ਲੋਕਲ ਇੱਥੋਂ ਦੀ ਰਹਿਣ ਵਾਲੀ ਆ ਜਿਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਵੱਲੋਂ ਅੱਗੇ ਤਫਤੀਸ਼ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਆ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੇ ਕਾਰਨਾਂ ਕਰਕੇ ਉਸਨੇ ਐਕਟ ਲਿਆ ਵਾ ਉਸਦੇ ਮੁਤਾਬਕ ਜੋ ਬਣਦੀ ਕਾਰਵਾਈ ਹੈ ਸਾਡੇ ਵੱਲੋਂ ਕੀਤੀ ਜਾਵੇਗੀ। ਕੀ ਨਾਮ ਨੂੰ ਕੀ ਹੈ ਕਿੱਥੋਂ ਦੀ ਰਹਿਣ ਵਾਲੀ ਇਹ ਜਿਹੜੀ ਆ ਸੰਜੋਗਤਾ ਆ ਇਹ ਲੋਕਲ ਇੱਥੋਂ ਸੁਨਿਆਰਿਆਂ ਵਾਲੀ ਗਲੀ ਜਿਹੜੀ ਆ ਇੱਥੋਂ ਦੀ ਰਹਿਣ ਵਾਲੀ ਆ ਇਹ ਪਿੱਛੋਂ ਛਿਆਟੇ ਤੋਂ ਰਣਜੀਤਪੁਰੇ ਇਸ ਦੇ ਪੇਕੇ ਨੇ ਤੇ ਇੱਥੇ ਇਹ ਵਿਸ਼ਾਲ ਕਪੂਰ ਨਾਮ ਦੇ ਬੰਦੇ ਨਾਲ ਜਿਹੜੀ ਆ ਉਸਦੀ ਮੈਰਿਜ ਹੋਈ ਸੀਗੀ। ਸ਼ਾਹਪੁਰ ਵਿੱਚ ਵੜਿਆ ਵੀ ਗਿਆ ਇਸ ਦੇ ਵਿੱਚ ਅਜੇ ਪ੍ਰੀਲਿਮਨਰੀ ਅਜੇ ਇਹਦੀ ਆਇਡੈਂਟੀਫਿਕੇਸ਼ਨ ਹੋਈ ਆ ਸਾਡੀ ਪਾਰਟੀ ਵੱਲੋਂ ਜਿਹੜੀ ਆ ਹਰ ਪੱਖ ਦੇ ਉੱਤੇ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਆ ਜੋ ਉਸਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਉਹ ਸਾਡੇ ਵੱਲੋਂ ਕੀਤੀ ਜਾਵੇਗੀ। ਕਿਉਂ ਕੀਤਾ ਜਾ ਰਿਹਾ ਇਹ ਅਜੇ ਪ੍ਰੀਲਿਮਨਰੀ ਆ ਜੇ ਆਇਡੈਂਟੀਫਿਕੇਸ਼ਨ ਉਹਦੀ ਹੋ ਗਈ ਆ ਜਿਸ ਤਰ੍ਹਾਂ ਸਵੇਰੇ ਹੀ ਇਨਸੀਡੈਂਟ ਹੋਇਆ ਸੀਗਾ ਪੁਲਿਸ ਪਾਰਟੀ ਵੱਲੋਂ ਇਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਇਹਦੇ ਵਿੱਚ ਸਾਰੇ ਪੇਕੇ ਤੇ ਸਾਰੇ ਪਰਿਵਾਰ ਨੂੰ ਸ਼ਾਮਲ ਕਰਕੇ ਜਿਹੜੀ ਸਾਰੀ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਕਰਨ ਤੋਂ ਬਾਅਦ ਜੋ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਸਾਡੇ ਨਾਲ ਅਮਲ ਲਿਆ ਦੀ ਜਾਵੇਗੀ।